ਦੋਸਤੋ ਆ ਮਾਈ ਜਿਹੜੀ ਹੈ ਸੇਲ ਹੋ ਗਈ ਮਤਲਬ ਮੋੜ ਮੰਡੀ ਚੈੱਕ ਕਰੋ ਇਹਦਾ ਸੌਦਾ ਹੋ ਗਿਆ ਜੀ ਆ ਤੇ ਪੂਰੀ ਡਿਟੇਲ ਦਿੰਦਾ ਹੈ ਜੀ ਬਈ ਕਿੰਨੇ ਦੇ ਵਿੱਕੀ 3,60,000 ਚੈੱਕ ਕਰੋ ਜੀ ਪਹਿਲੇ ਬਾਰੇ ਜੀ ਆ 3,60,000 ਬਾਈ ਲਈ ਜੀ ਚੈੱਕ ਕਰੋ ਤੁਸੀਂ ਸੇਲ ਕੀਤੀ ਜੀ ਮੈਂ ਕੀ ਕਰ ਤੀਨ ਵਾਲੇਕੁਮ ਅਸਲਾਮ ਕੀ ਨਾਮ ਬਜ਼ੁਰਗ ਕਬੀਰ ਖਾਨ ਕਿਹੜੇ ਇਲਾਕੇ ਤੋਂ ਮੋਸਾ ਜਵਾਲ ਉਹ ਜੰਗ ਚ ਜੀ ਜੰਗ ਸਹੀ ਇਹ 3,60,000 ਦੀ ਜੀ 3,60,000 ਪਹਿਲੇ ਵਾਰੇ ਜੋਟੀ ਪਹਿਲੇ ਵਾਰੇ ਜੀ ਸਹੀ ਚੰਗੀ ਜੋਟੀ ਆ ਚੰਗੀ ਜੋਟੀ ਕੀ ਮੰਡੀ ਦੀ ਰੁਟੀਨ ਜਾ ਰਹੀ ਮੰਡੀ ਦੇ ਹਾਲਾਤ ਕੋਈ ਨਹੀਂ 4,00,000 ਦੀ ਜੋਟੀ ਆਈ ਨਿਲਾਮ ਕੀ ਚੀ ਗੱਲ ਨਿਲਾਮ ਕਰ ਮੰਡੀ ਦੀ ਪੋਜੀਸ਼ਨ ਵੇ ਸਹੀ ਮੰਡੀ ਦਾ ਹਾਲਾਤ ਕੋਈ 4,00,000 ਦੀ ਜੋਟੀ ਆ ਤੇ 3,60,000 ਦੀ ਨੁਕਸਾਨ ਨਾਲ ਵਿੱਚ ਗਲਾਂ ਕਿਛ ਕਿਲੋ ਵਧ ਲਈ ਵਧ ਲਈ ਹਾਂ ਸਹੀ 75,000 ਰੁਪਏ ਵਧ ਗਏ ਸਹੀ ਇੱਥੇ ਖਰਚਾ ਪਾ ਕੇ 4 ਹੀ ਕੰਮ ਦਿਆ ਹਾਂ ਖਰਚਾ ਹੀ ਤਾਂ ਆ ਜਾਂਦਾ ਜੀ ਆ ਖਰਚਾ ਹੀ ਆ ਮੰਡੀ ਦੇ ਹਾਲਾਤ ਕੋਈ ਨਹੀਂ ਬਿਲਕੁਲ ਨਹੀਂ ਇਹ ਆ ਚੈੱਕ ਕਰਾ ਦਿੰਦੇ ਆ ਤੁਹਾਨੂੰ ਬਹੁਤ ਪਿਆਰੀ ਜੋਟੀ ਹੈ ਬਰੀਕ ਬੂਥੀ ਬਰੀਕ ਚਮੜੀ ਚੈੱਕ ਬਾਈ ਲਈ ਪੈਸੇ ਦੇ ਰਹੀ ਤਾਰਫ ਕਰਾਇਆ ਜਵੇਦ ਇਕਬਾਲ ਜਵੇਦ ਸਾਹਿਬ ਕਿਹੜੇ ਇਲਾਕੇ ਤੋਂ ਕਜਵਾਣੀ ਸ਼ੂਗਰ ਮਿਲ ਕੰਜਵਾੜੀ ਮੱਝਾਂ ਲੈ ਕੇ ਆਇਓ ਹਾਂਜੀ ਮੱਝਾਂ ਲੈ ਕੇ ਆਇਆ ਆਏ ਆਪਣੀਆਂ ਆਪਣੀਆਂ ਸਾਰੀਆਂ ਜੀ ਕਿੰਨੀਆਂ ਨੇ ਅੱਛਾ ਜਿਹੜੀਆਂ ਸਾਰੀਆਂ ਖਰੀਆਂ ਆਪਣੀਆਂ ਨੇ ਤਕਰੀਬਨ 6 ਮੱਝਾਂ 5-6 ਮੱਝਾਂ 2-3-4 5-5 ਮੱਝਾਂ ਕਿੰਨੀਆਂ ਆਉਂਦੀਆਂ ਹਨ ਮੱਝਾਂ ਮੱਝਾਂ 7 7 ਸਿਰਫ 2 ਵੇਖੀਆਂ 2 ਵੇਖੀਆਂ ਬਸ ਕੀ ਵਜ੍ਹਾ ਮੰਡੀ ਬੈਠੀ ਹੋਈ ਮਾਲ ਡਾਉਨ ਹੈ ਨਾ ਕੁਰਬਾਨੀ ਦੀ ਵਜ੍ਹਾ ਬੱਚੇ ਬੱਚਿਆਂ ਦੀ ਵਿਕਰੀ ਹੈ ਮਾਈ ਦਾ ਵਿਕਰਾ ਘਟ ਗਿਆ ਮਾਈ ਦਾ ਵਿਕਰਾ ਘਟ ਗਿਆ ਸਹੀ ਤੇ ਕਿੰਨੇ ਇੱਕ ਮਾਈ ਥੱਲੇ ਆਈ ਮਾਜਾ ਕਿਲੋ ਨੂੰ 40,000-50,000 ਥੱਲੇ ਆ ਗਈ 40,000-50,000 ਥੱਲੇ ਆ ਸਹੀ ਆਏ ਮਾਈ ਇੱਕ ਤੁਹਾਡੇ ਸਾਹਮਣੇ ਸੇਲ ਹੋਈ ਹੈ 360 ਦੀ ਹਾਂ ਅਦੇ ਹੋ ਜਾ ਕੇ ਮੈਂ 4,00,000 ਉੱਤੇ ਵਿਕਦੀ 4,00,000 ਦੀ ਵਿਕਦੀ 40,000-50,000 40,000-50,000 ਦਾ ਗੈਪ ਹੈ ਗੈਪ ਹੈ ਜੀ ਸਹੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਦੋਸਤੋ ਮੈਂ ਆਪਕਾ ਦੋਸਤ ਇਮਰਾਨ ਇਧਰ ਇੱਕ ਨਈ ਵੀਡੀਓ ਕੇ ਸਾਥ ਆਪਕੀ ਖਿਦਮਤ ਮੈਂ ਹਾਜ਼ਰ ਹੂੰ ਆਪ ਦੇਖ ਰਹੇ ਹੈ ਮਾਰਾ ਯੂਟਿਊਬ ਚੈਨਲ ਔਨਲਾਈਨ ਜਨਰ ਮੰਡੀ ਇੱਕ ਔਰ ਵੀ ਹੈ ਛੋਟਾ ਸਾ ਚੈਨਲ ਜੀਓ ਬੱਕਰਾ ਮੰਡੀ ਉਹ ਵੀ ਆਪਨੇ ਸਬਸਕ੍ਰਾਈਬ ਕਰਨਾ ਜੰਗ ਮੰਡੀ ਸੇ ਆਜ 8 ਜੂਨ 2024 ਕੋ ਮੈਂ ਸਭ ਕੀ ਵੀਡੀਓ ਬਣਾ ਰਹਾ ਹੂੰ ਜੰਗ ਮੰਡੀ ਜੋ ਕਿ ਹਰ ਹਫ਼ਤੇ ਕੋ ਲੱਗਤੀ ਹੈ ਜੰਗ ਬਾਈਪਾਸ ਪੇ ਮਾਨਕ ਮੋੜ ਮੈਂ ਇਹ ਲੱਗਤੀ ਹੈ तो आपसे गुजारिश है आपने वीडियो हमारे शुरू से लेकर आखिर तक देखनी प्लीज़ वीडियो को लाइक शेयर ज़रूर करें कमेंट्स ज़रूर क्या करें माशाल्लाह या गुड वीडियो इस तरह के कमेंट्स ज़रूर आने चाहिए चैनल को सब्सक्राइब फॉलो ज़रूर करें बिना वक्त ज़ाया किए वीडियो दोस्तों स्टार्ट करते हैं तुरे आज दोस्तों ਮਾਸ਼ਾਅੱਲਾ ਬਹੁਤ ਪਿਆਰੀ ਮਾਈ ਜੀ ਗੱਬਨ ਮਾਈ 8-10 ਦਿਨ ਲਾ ਜਾ 8-10 ਦਿਨ ਲਾ ਜਾ ਚੈੱਕ ਕਰੋ ਜੀ ਵਾਹਦਾ ਵੇਖੋ ਦੇਸੀ ਮਾਈ ਦੇਸੀ ਬਰੀ ਐ ਚੰਗਾ ਪੁੱਠਾ ਜੀ ਉੱਥੋਂ ਬਰੀਕ ਚਮੜੀ ਦੀ ਮਾਈ ਜੀ ਅੱਖੀ ਚਿੱਟੀਆਂ ਵਾਹ ਜੀ ਬਾਈ ਤੋਂ ਪੂਰੀ ਡਿਟੇਲ ਲਾ ਦੇਣ ਜੀ ਅਸਲਾਮ ਅਲੈਕੁਮ ਜੀ ਬਾਈ ਕੀ ਨਾਂ ਇਮਰਾਨ ਬਾਈ ਜਾਨ ਇਮਰਾਨ ਬਾਈ ਕਿਹੜੇ ਇਲਾਕੇ ਤੋਂ 245 ਸੱਕਲ ਬਾਣੇ ਬਾਣੇ ਤਹਿਸੀਲ ਬਾਣੇ ਜ਼ਿਲ੍ਹਾ ਸਹੀ ਬਾਣੇ ਦੇ ਬਾਈ ਨੇ ਬਾਣੇ ਦੇ ਮਾਸ਼ਾਅੱਲਾ ਚੰਗਾ ਸ਼ੌਕ ਕਰਦੇ ਬੰਦੇ ਚੰਗੀਆਂ ਮੱਝਾਂ ਰੱਖਦੇ ਤੇ ਕਿੰਨਾ ਵਾਰਾ ਸੂਰ ਹੈ ਬਾਈ ਜਾਨ ਤੀਸਰਾ ਸੂਰ ਹੈ ਸਹੀ ਤੇ ਕੀ ਇਹਦਾ ਦੋ ਸ਼ੋ ਦਾ ਰਿਕਾਰਡ ਰਿਕੋਰਡ ਚੁੱਕ ਦੇ ਲਾ ਜਾ ਬਾਰਾਂ ਜਿਹੜੇ ਲਾ ਜਾ ਸੀ ਸਾਡੀ ਤਾਂ ਵਪਾਰ ਦੀ ਸੋਹਣੀ ਆ ਦਾਨ ਕੋ 14 ਸੇਰ ਦਿਨ ਦੀ ਦੋ 14 ਸੇਰ ਦਿਨ ਦੀ ਨਹੀਂ ਵਪਾਰ ਦੀ ਹੈ ਜੀ ਹਾਂਜੀ ਸਹੀ ਤੇ ਪੈਸੇ ਕਿੰਨੇ ਕੁ ਲਾਉਣੇ ਭਾਈ ਇਮਰਾਨ ਮੋਲ ਤਾਂ 5-20 ਕਰਨੇ ਦੇਵਣੀ ਕਿੰਨੇ ਦੀ 5 ਦੇ 8 ਤੇ 2 ਚੜ੍ਹ 5 ਦੇ 8 ਤੇ ਚਲ ਨੰਬਰ ਦੇ ਜੀ 41 55 60
ਥੋੜੇ ਬੈਕ ਅੱਗੇ ਕਰਤੇ 03 41 57 60 245 ਠੀਕ ਦੋਸਤੋ ਮਾਈ ਪੱਠੇ ਖਾ ਰਹੀ ਹੈ ਕਿਉਂਕਿ ਪੱਠੇ ਦੀ ਮੰਡੀ ਸ਼ਦੀਦ ਕਮੀ ਹੈ ਪੱਠਾ ਹੈ ਨਹੀਂ ਅਤੇ ਬੱਚਿਆ ਖੁੱਟੇ ਹੋਇਆ ਇੱਥੇ ਕੋਲੀਆਂ ਪਿਆ ਅਤੇ ਉਸ 'ਤੇ ਮਾਈ ਖਲੋ ਗਈ ਹੈ ਗਟੋਰ ਹੀ ਨਹੀਂ ਇੱਥੇ ਪਾਣੀ ਦੀ ਕਮੀ ਹੈ ਪੱਠੇ ਦੀ ਕਮੀ ਹੈ ਅਤੇ ਇਹ ਚੀਜ਼ਾਂ ਮੰਡੀ ਹੈ ਯਾਨੀ ਕਿ ਇਹਨਾਂ ਚੀਜ਼ਾਂ ਦੀ ਸ਼ਦੀਦ ਕਮੀ ਮਾਈ ਚੰਗੀ ਹੈ ਬਹਾਣੇ ਦੀ ਮਾਈ ਜਿਹੜਾ ਦੋਸਤ ਇੰਟਰਸਟਿਡ ਹੈ ਰੱਬ ਤੱਕ ਜੋਟੀ ਵੇਖੋ ਸੋਈ ਹੋਈ ਜੋਟੀ ਥਣਾਂ ਦਾ ਫਾਸਲਾ ਜਿਹੜਾ ਨਾਰਮਲ ਬਰੀਕ ਚਮੜੀ ਪੁੱਠਾ ਉੱਚਾ ਮੱਥੇ ਫੁੱਲੀ ਅੱਖ ਚਿੱਟੀ ਵੀਡੀਓ ਅਜਵਾਸ ਸਹੀ ਮਾਲਕ ਦਾ ਇੰਟਰਵਿਊ ਕੀ ਹਾਲ ਹੈ ਠੀਕ ਹੋ ਠੀਕ ਆ ਕਿੰਨਾ ਵਾਰਾ ਸੂਈ ਹੈ ਮਾਈ ਤੁਹਾਡੀ ਪਹਿਲੇ ਨੇ ਕੀ ਬੱਚਾ ਦਿੱਤਾ ਸੀ ਕੱਟੀ ਹੈ ਕੱਟੀ ਕੀ ਬਾਲਾ ਸ਼ਾਲਾ ਕੱਟਿਆ ਕਦੋਂ ਦੀ ਸੋਈ ਉਹ ਦਸ ਕੱਟੇ 10 ਕਿਲੋ 10 ਕਿਲੋ ਸਹੀ ਪੈਸਾ ਕਿੰਨਾ 4.5 ਲੱਖ ਦੇਵਣੀ ਕਿੰਨੇ ਦੀ 4.5 ਸਹੀ ਨੰਬਰ ਦੇ 03 45 34 58 562 ਕੀ ਨਾਂ ਮੁਹੰਮਦ ਯੂਨਸ ਕਿਹੜੇ ਇਲਾਕੇ ਤੋਂ 457 ਕਿਹੜਾ ਨਹੀਂ ਜੋਟੀ ਵੇਖੋ ਦੋਸਤੋ ਥਾਣ ਛੋਟਾ ਜੋਟੀ ਕੋ ਪੁੱਠਾ ਚੰਗਾ ਬਰੀਕ ਚਮੜੀ ਦੀ ਜੋਟੀ ਦੇਸੀ ਜੋਟੀ ਸਿੰਘੀ ਛੋਟੀ ਅੱਖ ਕਾਲੀ ਬੋਥੀ ਲੰਬੀ ਪਹਿਲੇ ਵਾਰੇ ਭਾਈ ਪਹਿਲੇ ਵਾਰੇ ਕਿੰਨਾ ਦੇ ਘੱਟ ਜਾਸੀ 8-10 ਦੇ ਘੱਟ ਜਾਸੀ ਜੀ ਪਹਿਲਾ ਵਾਰਾ ਸੂ ਰਹੀ ਹੈ ਮੂੰਹ ਚ ਚੌਗੀ ਸਹੀ ਚੈੱਕ ਕਰੋ ਥੋੜਾ ਟੋਰੋ ਜੀ ਬਾਏ ਟੋਰੋ ਜੀ ਸਹੀ ਹਾਂ ਬਾਈ ਦਾ ਇੰਟਰਵਿਊ ਬਾਈ ਕੀ ਨਾਂ ਜੀ ਕਿਹੜੇ ਇਲਾਕੇ ਤੋਂ ਸ਼ਾਹ ਜਮਣਾ ਬਾਈ ਤੁਹਾਡੀ ਬਹੁਤ ਚੰਗੀ ਹੈ ਅਸੀਲ ਚੰਗੀ ਹੈ ਸਹੀ ਪੈਸਾ ਕਿੰਨਾ ਪੈਸੇ 5 ਲੱਖ ਨੇਵਣੀ ਕਿੰਨਾ ਦੀ ਫਾਇਨਾ 4.5 ਲੱਖ ਦੇ ਗਏ ਸਹੀ ਅੱਛਾ ਥਾਣ ਛਾਣ ਵੱਡਾ ਕਾਰਜਾ ਸੀ ਥਾਣ ਛਾਣ ਬੜਾ ਮੋਟ ਦਾ ਕਾਰਜਾ ਚੋਈਆਂ ਲੱਗੀਆਂ ਨੇ ਸਹੀ ਚੋਈ ਕੋਈ ਨਹੀਂ ਨੋ ਪੈਨੇ ਬਈ ਅੱਜ ਬਾਹਰ ਲਾ ਨੰਬਰ ਦੇ ਜੀ 03 44 79 65 77 ਠੀਕ ਹੈ ਦੋਸਤੋ ਆ ਵੇਖ ਲਈ ਇਹਦੇ ਉੱਤੇ ਮੈਂ ਹੱਥ ਰੱਖਿਆ ਹੋਇਆ ਇਹਦਾ ਸਾਰਾ ਮੈਂ ਲਾ ਕੇ ਤੇ ਪੈਸੇ ਬਾਈ ਦੇ ਅੱਗੋਂ ਬਾਇਕ ਕੀਤਾ ਹੋਇਆ ਬਹੁਤ ਸ਼ਰੀਫ ਜੋਟੀ ਨੇ ਤੇ ਬਹੁਤ ਪਿਆਰੀ ਜੋਟੀ ਨੇ ਚੀਜ਼ਾਂ ਇਹਦੀਆਂ ਵਿਖਾ ਦਿੱਤੀਆਂ ਪੁੱਠਾ ਛੁੱਟਾ ਉੱਚਾ ਬਰੀਕ ਚਮੜੀ ਸਵਾਕ ਕਾਲੀ ਰਿਆ ਜ਼ਰੂਰ ਬਾਈ ਕਰਿਆ ਸੀ ਤੁਹਾਨੂੰ ਇੱਕ ਹੋਰ ਖੂਬਸੂਰਤ ਬਾਈ ਬਾਈ ਤੁਹਾਡੀ ਲਿੱਸੀ ਹੈ ਲੇਕਿਨ ਬਾਈ ਦੇ ਕੋਈ ਕੁਆਲਿਟੀ ਚੰਗੀ ਹੈ ਥਣਾਂ ਦਾ ਫਾਸਲਾ ਚੰਗਾ ਸੋ ਇਹ ਵੇਖੋ ਵਾਹਨਾ ਚੰਗਾ ਕਰੇ ਸੀ ਕੱਚੀ ਪਈ ਬਜ਼ੁਰਗ ਆਖ ਰਹੇ ਕੱਚੀ ਪਈ ਆ ਵੇ ਵਾਹ ਬਹੁਤ ਸੋਹਣੀ ਬਾਈ ਤੋਰਾ ਜੀ ਕੋ ਟੈਟ ਦਾ ਤੇ ਬਣਾ ਢਿੱਲੀ ਨਾ ਬਣਾ ਜੀ ਬਜ਼ੁਰਗ ਜੀ ਕਿੰਨਾ ਵਾਰਾ ਸੂ ਰਹੀ ਹੈ ਬਾਈ ਤੁਹਾਡੀ ਦੂਆ ਵਾਰ ਸਹੀ ਦੁੱਧ ਦੇ ਸਿੱਧਾ 12 ਲੀਟਰ ਬਿਲਕੁਲ ਇਤਨਾ ਦੇਂਦੀ ਪੈਸੇ ਕਿੰਨੇ ਲਾਉਣਾ ਪੈਸੇ ਦੇ 4 ਲੱਖ ਰੁਪਏ ਨੰਬਰ ਹੈ ਚੈੱਕ ਕਰੋ ਦੋਸਤ ਬਿਲਕੁਲ ਤਿਆਰ 4-5 ਦਾ ਲਾ ਜਾ ਜ਼ਿਆਦਾ ਤੋਂ ਜ਼ਿਆਦਾ ਨੰਬਰ ਜੀ ਕਿੰਨਾ ਵਾਰਾ ਸੂ ਰਹੀ ਹੈ ਦੂਸਰਾ ਵਾਰਾ ਸੁਣਦੀ ਹੈ ਸਹੀ ਪੈਸਾ ਕਿੰਨਾ
ਦੱਸੋ ਪੈਸੇ ਥੋੜੇ ਜਿਹੇ ਸਾਲ 5-5 ਲੱਖ ਨਹੀਂ 5 ਬਹੁਤ ਜ਼ਿਆਦਾ ਮਜ਼ਾਕ ਨਾ ਕਰੋ 6 ਲੱਖ ਦੀ ਮਜਲਾ 6 ਨਹੀਂ ਬਹੁਤ ਜ਼ਿਆਦਾ ਹੈ ਬਹਿਸ ਨਾ ਕਰਾ ਅਸਾਂ ਵੀਡੀਓ ਬਣਾ ਰਹੇ ਹਾਂ ਸ਼ੌਕ ਕਰਾ ਰਹੇ ਅਸਾਂ ਤੁਹਾਡੇ ਵਿੱਚ ਆਵਣ ਨਹੀਂ ਆਏ ਨਹੀਂ ਮੋਰੇ ਵੱਡ ਪਾਜੀ ਮਾਈ ਦਾ 55 ਸਾਲ 55 ਲੱਖ ਪਾਂਚ 55 ਦੀ ਮਾਈ ਦੇਖ ਨਹੀਂ ਘਟ ਵਿੱਚ ਨਹੀਂ ਇੱਕ ਰੁਪਈਆ ਦਾ ਆ ਗਿਆ ਸਹੀ ਪਾਂਚ 55 ਦੇ ਹਾਂ ਤੋ ਆ ਕੀ ਵੀਡੀਓ ਮੈਂ ਬਣਾਉਂ ਨੰਬਰ ਦੇ ਵਿੱਚ ਨੰਬਰ ਦੇ ਦਿਖਾ 0344-79-460 ਕਿਹੜੇ ਲੱਖ ਤੂੰ ਸਾਣਾ ਪਾਣਾ ਗੱਲਾਂ ਸੱਚੀਆਂ ਤੇ ਖਰੀਆਂ ਨਾ ਵੀ ਨਾ ਲੈ ਅੱਛਾ 45 ਕਿਲੋ ਜੀ ਸਿਆਲਕੋਟ ਤੋਂ ਅੱਛਾ ਜੀ ਕੀ ਹਾਲ ਹੈ ਠੀਕ ਹੋ ਮੱਝਾਂ ਲਾਇ ਰਹੇ ਹੋ ਮੱਝਾਂ ਲਈਆਂ ਸਰ ਕੀ ਹਾਲਾਤ ਹੈ ਹਾਲਾਤ ਅੱਜ ਕੰਮ ਠੀਕ ਹੈ ਸਿਆ ਕੰਮ ਨਰਮ ਅੱਜ ਕੋ ਬਿਹਤਰ ਹੈ ਕਿਨੋ ਆ ਰਿਹਾ ਨਿਜ਼ਾਮ ਇਹ ਤੋਂ ਬਾਅਦ ਹੋਰ ਬਿਹਤਰ ਆਇਆ ਸੀ ਤੇ ਆ ਜਾ ਸੰ ਥੱਲੇ ਥੱਲੇ ਆ ਜਾ ਸੰ ਅੱਜ ਫਰਕ ਪਿਆ ਕੋਈ ਜਾਨਵਰ ਖਰੀਦਦਾਰ ਜਿਹੜਾ ਨਾ ਵਪਾਰੀ ਉਹ ਮਾਲ ਨੂੰ ਅੱਜ ਖਰੀਦਿਆ ਆਪਾਂ ਵੀ 3 ਗੱਡੀਆਂ ਬਣਾਈਆਂ ਨੇ ਕੋ ਬੱਚਿਆਂ ਦੀਆਂ ਕੋ ਗਾਵਾਂ ਦੀਆਂ ਕੋ ਜੋਟੀਆਂ ਦੀਆਂ ਆਖਰ ਇਹ ਤੋਂ ਸਿਆਲਕੋਟ 400-500 ਕਿਲੋਮੀਟਰ ਹੈ ਉੱਥੇ ਲੈ ਕੇ ਜਾਣਾ ਹੈ ਤੇ ਅੱਜ ਕੁਛ ਬਿਹਤਰ ਨਜ਼ਰ ਆਇਆ ਹੈ ਆਪਣਾ ਨੰਬਰ ਸ਼ੇਅਰ ਕਰੋ ਅੱਗੇ ਮੈਕ ਅੱਗੇ ਕਰ ਮੈਕ ਅੱਗੇ 0306-160-94-94 ਚਲੋ ਆਈ ਸਾਹਿਬ ਅਸਾਂ ਜਿਹੜੇ ਦੋਸਤ ਬੈਠੇ ਨਾ ਬਾਹਰ ਜਿਹੜੇ ਨਹੀਂ ਆ ਸਕਦੇ ਮੰਡੀ ਉਹਨਾਂ ਨੂੰ ਰੇਟ ਸ਼ੇਟ ਦੱਸਣੇ ਆ ਤੇ ਗੱਲ ਬਾਤ ਤੁਹਾਡੀ ਕਰਾਈਨੇ ਆ ਉਹਨਾਂ ਦਾ ਸਹੀ ਜਦੋਂ ਵੀਡੀਓ ਵੇਖਦੇ ਜਿਹੜਾ ਅੱਛਾ ਬੰਦਾ ਹੁੰਦਾ ਵੀਡੀਓ ਨੂੰ ਪਸੰਦ ਕਰਦੇ ਲਾਈਕ ਕਰਦੇ ਸ਼ੇਅਰ ਕਰਦੇ ਸਹੀ ਕਿਸੇ ਦੋਸਤ ਵੀਰ ਨੂੰ ਗੱਲ ਬਾਤ ਪਸੰਦ ਆਉਂਦੀ ਉਹਦੀ ਗੱਲ ਬਾਤ ਹੈ ਬੰਦੇ ਦੀ ਜੀ ਜੀ ਉਹ ਫਿਰ ਤੁਹਾਡਾ ਨਾਲ ਰਾਬਤਾ ਹੀ ਕਰ ਲੈਂਦੇ ਤੁਹਾਡੇ ਜਾਨਵਰ ਸੇਲ ਹੋ ਜਾਂਦੇ ਅਸਾਂ ਤੁਹਾਡਾ ਅਸਾਂ ਤੁਹਾਡਾ ਭਲਾ ਕਰ ਦਿੰਦੇ ਜਿਹੜਾ ਤਾਂ ਮੁਸਲਮਾਨ ਕਿਸੇ ਦੀ ਹੈਲਪ ਕਰਨੀ ਚਾਹੀਦੀ ਇੱਥੇ ਮੰਡੀ ਵੇਖੋ ਨਾ ਜਾਨਵਰ ਸੇਲ ਨਹੀਂ ਹੋ ਤੇ ਚਲੋ ਕੋਈ ਦੋਸਤ ਵੀ ਰਮਦਾ ਤੁਹਾਡੇ ਡੇਰੇ ਤੇ ਸਹੀ ਉੱਥੇ ਵੇਖ ਜਾਂਦੇ ਆ ਤੇ ਚਲੋ ਤੁਹਾਡਾ ਹੀ ਫਾਇਦਾ ਉਹਨਾਂ ਦਾ ਹੀ ਫਾਇਦਾ ਇਸ ਤਰ੍ਹਾਂ ਹੀ ਰੇਟ ਉਹ ਦੱਸਣੇ ਬਾਈ ਬਿਲਕੁਲ ਦੱਸ ਜਿਹੜਾ ਦੋਸਤ ਉੱਥੇ ਹੀ ਆਵੇ ਤੇ ਉਹਦਾ ਪਿਆਰ ਸ਼ਫਕਤ ਸਹੀ ਉਹਨੂੰ ਰਿਹਾਇਸ਼ ਖਾਣਾ ਦਾਣਾ ਇਹ ਜ਼ਰੂਰ ਸਾਰੀ ਸਹੂਲਤਾਂ ਮਿਲ ਸਕਦੀਆਂ ਸਾਰੀਆਂ ਸਹੂਲਤਾਂ ਮਿਲ ਸਕਦੀਆਂ ਜੀ ਤੇ ਆਨਲਾਈਨ ਇੱਕ ਅੱਛਾ ਸਿਸਟਮ ਹੈ ਕੋਈ ਬੰਦਾ ਇਹਨੂੰ ਸਹੀ ਤਰੀਕੇ ਨਾਲ ਚਲਾਇਆ ਤਾਂ ਮਾਸ਼ਾਅੱਲਾ ਹਾਂਜੀ ਆਪਣਾ ਨੰਬਰ ਦੁਬਾਰਾ ਸ਼ੇਅਰ ਕਰ ਦਿਓ 0306-160-94 ਕਿੰਨੇ ਰੇਂਜ ਵਾਲੀ ਬਾਈ ਤੁਹਾਡੇ ਕੋਲ ਜਿੰਨੀ ਰੇਂਜ ਵਾਲੀ ਚਾਹੀਦੀ ਮਿਲ ਜਾਂਦੀ ਹੈ 3 ਲੱਖ ਤੋਂ ਲੈ ਕੇ 8 ਲੱਖ 7 ਲੱਖ ਤੱਕ ਜਿੰਨੇ ਇਸ ਟਾਈਮ ਜਿਹੜੀ ਮੌਜੂਦ ਹੈ ਉਹ ਦੱਸ ਦੇ ਇਸ ਟਾਈਮ 3.5 ਲੱਖ ਦੀ 4 ਲੱਖ ਦੀ 4.5 ਲੱਖ ਦੀ ਪਾਂਜ ਥੋੜੀ ਹੈ ਪਾਂਜ ਥੋੜੀ ਹੈ ਸਹੀ ਚਲੋ ਬੱਚਾ ਵਿਕਾ ਦੇ ਜੇ ਸ਼ਾਰਟ ਕੈਮਰਾਮੈਨ ਕੈਮਰਾ ਉਧਰ ਕਰੋ ਸਹੀ ਹੈ ਬਾਈ ਬੈਠੀ ਹੈ ਜੀ ਹਾਂਜੀ ਬਹੁਤ ਪਿਆਰੀ ਜੋਟੀ ਹੈ ਮੁਸ਼ਕੀ ਜੋਟੀ ਹੈ ਜੀ ਮੁਸ਼ਕੀ ਜੋਟੀ ਹੈ ਬੱਚਾ ਮਗਰ ਦੇਖ ਲਓ ਪਹਿਲੇ ਵਾਰ ਹੈ ਜੀ ਪਹਿਲੇ ਵਾਰ ਹੈ ਜੀ ਮੁਸ਼ਕੀ ਜੋਟੀ ਬੈਠੀ ਹੈ ਬੱਚਾ ਸੁਣ ਜੀ ਹਾਂਜੀ ਸਹੀ ਤੇ ਦੇਖੋ ਕੀ ਆਦਰ ਸ਼ਾਦਰ ਹੈ ਇਹਦੀ ਕੀਮਤ 4 ਲੱਖ ਰੁਪਈਆ ਜੀ 4 ਲੱਖ ਦੁੱਧ ਸ਼ੁੱਧ ਕਿੰਨਾ ਜੀ ਦੁੱਧ ਦੇ ਕੋਲ ਕੱਚੀ ਸੂਈ ਬੋਲੇ ਚ ਸਹੀ 7-8 ਕਿਲੋ ਹੈ ਠੀਕ ਹੈ ਫੋਨ ਸੁਣ ਲਿਓ ਹਾਂਜੀ ਬਹੁਤ ਅਸੀਲ ਸਭ ਜੋਟੀ ਹੈ ਜੀ ਠੀਕ ਬਹੁਤ ਅਸੀਲ ਸਭ ਜੋਟੀ ਹੈ ਇੱਕ ਆ ਖਲੀ ਹੈ ਜੀ ਜੋਟੀ ਕੋਈ ਲੈਂਦਾ 3.5 ਦੀ ਰੇਂਜ ਵਾਲੀ ਤੇ ਜੋਟੀ ਨੇ ਸੁਣ ਵਾਲੀ ਚੈੱਕ ਕਰ ਲਿਆ ਇਹ ਆ ਇਹਨੇ ਜੋਟੀ ਇੱਕ ਆ ਬਾਈ ਖਲੀ ਨੇ 4 ਲੱਖ ਇਹ ਚੈੱਕ ਕਰਾ ਦਿੱਤੀਆਂ ਹਾਈ ਸਾਹਿਬ ਨੇ ਮੱਝਾਂ ਕੰਜਵਾਣੀ ਮਹਿਲ ਚ ਚੈਨਲ ਲਗੀ ਨਾ ਆ ਇੱਕ ਬੋਰੀ ਮਾਈ 4 ਦੀ ਰੇਂਜ ਇਹਨਾਂ ਰਾਬਤਾ ਕਰ ਲਿਆ